ਜੀ ਗਲਤੀ ਦਾ ਤੇਲ ਪਤਾ ਨਹੀਂ ਕਿਹੜਾ ਪਾ ਲਿਆ ਵਿੱਚ ਪੈ ਗਿਆ ਤੇਲ ਸਾਰਾ ਕੱਢਣ ਡਿਆ ਵਿੱਚੋਂ ਕੱਢ ਕੇ ਫਿਰ ਦੁਬਾਰੇ ਪਾਵਾਂਗੇ। ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਹੋਰ ਸੁਣਾਓ ਕਿੱਦਾਂ ਠੀਕ ਠਾਕ ਜੀ? ਉਮੀਦ ਹੈ ਕਿ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ। ਹੋਰ ਸੁਣਾਓ ਕਿੱਦਾਂ? ਸਭ ਕਿਰਪਾ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਸਾਰਿਆਂ 'ਤੇ ਕਿਰਪਾ ਕਰੇ। ਇੱਕ ਜੀ ਐਕਸਪੈਰੀਮੈਂਟ ਕਰਨ ਲੱਗੇ, ਵੀਡੀਓ ਦੇ ਵਿੱਚ ਤਾਂ ਬਹੁਤ ਦੇਖੀਆਂ ਕਿ ਧਿਆਨ ਨਾ ਦੇਖਿਓ ਅਤੇ ਵੀਡੀਓ ਦੇ ਵਿੱਚ ਤਾਂ ਬਹੁਤ ਕੁਝ ਬਹੁਤ ਵਾਰੀ ਦੇਖਿਆ ਕਿ ਐਕਸਪੈਰੀਮੈਂਟ ਕਰਦੇ ਆ ਅਤੇ ਆਪਾਂ ਉੱਥੋਂ ਕੋਈ ਚੀਜ਼ ਚੁਣਦੀ ਹੈ, ਜਿੱਦਾਂ ਮਤਲਬ ਕਿ ਲੈਂਟਰ ਕੋਈ ਚੁਣਦਾ ਹੈ ਜਾਂ ਮਤਲਬ ਕਿ ਜਿੱਦਾਂ ਕਹਿ ਦਿੰਦੇ ਆ ਕਿ ਕੋਈ ਆਪਣੇ ਕੋਈ ਵਿੱਚ ਲੈਂਟਰ ਦੇ ਵਿੱਚ ਕੋਈ ਜਗ੍ਹਾ ਖਾਲੀ ਹੋਵੇ ਜਾਂ ਮਤਲਬ ਚੰਗੀ ਤਰ੍ਹਾਂ ਸੀਮਿੰਟ ਨਹੀਂ ਪਿਆ ਹੋਵੇ, ਲੈਂਟਰ ਨਹੀਂ ਪਿਆ ਹੋਵੇ ਅਤੇ ਉਹ ਚੋਣ ਲੱਗ ਪਈ, ਥੋੜ੍ਹੇ ਚਿਰ ਬਾਅਦ ਚੋਣ ਲੱਗ ਪੈਂਦੀ ਹੈ। ਅਤੇ ਅੱਜ ਕਈ ਵਾਰ ਵੀਡੀਓ 'ਚ ਦੇਖਿਆ ਪਰ ਅੱਜ ਐਕਸਪੈਰੀਮੈਂਟ ਕਰਨ ਲੱਗੇ ਹਾਂ, ਦੇਖੋ ਕੰਮ ਆਉਂਦਾ ਕਿ ਨਹੀਂ, ਕੰਮ ਚੱਲਦਾ ਕਿ ਨਹੀਂ ਅਤੇ ਦੇਖਦੇ ਹਾਂ ਬਾਕੀ। ਅਤੇ ਅੱਜ ਲੱਗੇ ਹਾਂ ਕੰਮ ਇਹਦੇ, ਕਿਉਂਕਿ ਆਪਣੇ ਲੈਂਟਰ ਦੇ ਵਿੱਚੋਂ ਥੋੜ੍ਹੀ ਚੀਤ ਜੀ ਦਿਖਦੀ, ਜਿੱਦਾਂ ਜਿੱਦਾਂ ਕਹਿ ਦਿੰਦੇ ਜਾਂ ਦਰਜ ਕਹਿ ਦਿੰਦੇ ਜਦ ਆਪਾਂ, ਤਾਂ ਉਹਦੇ ਵਿੱਚੋਂ ਸਾਰਾ ਹੇਠਾਂ ਤੱਕ ਲੰਗਰ ਹਾਲ ਦੇ ਵਿੱਚ ਪਾਣੀ ਜਾਂਦਾ ਅਤੇ ਜਦੋਂ ਮੀਂਹ ਬਹੁਤ ਜ਼ਿਆਦਾ ਪੈ ਜਾਂਦਾ ਨਾ, ਕਿਉਂਕਿ ਜ਼ਿਆਦਾ ਅੰਦਰ ਨਹੀਂ ਰਿਹਾਇਸ਼ ਦੇ ਵਿੱਚ ਨਹੀਂ ਕਮਰੇ ਦੇ ਵਿੱਚ ਆਉਂਦਾ ਪਾਣੀ, ਅਤੇ ਉਹਦਾ ਫਿਰ ਥੋੜ੍ਹਾ ਜਿਹਾ ਹੱਲ ਦੇਖਦੇ ਹਾਂ। ਬੜੀ ਯਾਰ ਦੇਖਿਆ ਮੈਂ ਵੀਡੀਓ ਦੇ ਵਿੱਚ ਬਹੁਤ ਦੇਖਿਆ ਵਾ, ਦੇਖਦੇ ਅੱਜ ਕਰਕੇ ਦੇਖਦੇ ਹਾਂ ਸ਼ਾਇਦ, ਦੇਖੋ। ਬੋਤਲ ਕੱਟ ਲਈ ਹੈ, ਇਹਦੇ ਵਿੱਚ ਪੈਟਰੋਲ ਪਾਵਾਂਗੇ ਆਪਾਂ, ਪੈਟਰੋਲ ਪਾ ਕੇ ਜਿਵੇਂ ਕਹਿ ਦਿੰਦੇ, ਅਤੇ ਪੈਟਰੋਲ ਦੇ ਵਿੱਚ ਥਰਮਾਕੋਲ ਪਾ ਕੇ ਜਿੱਦਾਂ ਕਹਿੰਦੇ ਥਰਮਾਕੋਲ ਜੀ, ਉਹ ਕਹਿੰਦੇ ਬਾਅਦ ਬੜਾ ਤਕੜਾ ਕਹਿੰਦੇ ਗਲੂ ਬਣ ਜਾਂਦੀ ਦੱਸਦੇ। ਅਤੇ ਬਾਕੀ ਹੁਣ ਦੇਖੀਏ ਜੀ, ਅਤੇ ਐਕਸਪੈਰੀਮੈਂਟ ਕੰਮ ਕਰ ਗਿਆ ਅਤੇ ਬਾਕੀ ਹੁਣ ਇਹਦੇ ਵਿੱਚ ਪਾਉਣ ਪੈਟਰੋਲ, ਆਓ ਨਾਲ ਨਾਲ ਦੇਖਾਂਗੇ ਸਾਰੇ। ਹਾਂਜੀ ਥਰਮਾਕੋਲ ਲੈਂਦੀ ਹੈਗੇ ਪੀਸਾ 5-6 ਪੀਸ, ਪੈਟਰੋਲ ਵੀ ਹੈਗਾ, ਦੇਖਦੇ ਹਾਂ ਕਰਕੇ ਹੁਣ ਐਕਸਪੈਰੀਮੈਂਟ ਕਿੱਦਾਂ ਦਾ।
ਕੁਛ ਨਹੀਂ ਹੁੰਦਾ ਜਦੋਂ ਖੁਰਦਾ ਹੀ ਨਹੀਂ ਵਿੱਚ ਤੇ ਮੈਨੂੰ ਲੱਗਦਾ ਵੀ ਸਹੀ ਨਹੀਂ ਕੰਮ ਤੇਲ ਨਹੀਂ ਸਹੀ ਮਿਲਦਾ ਖੁਰਦਾ ਵੀ ਨਹੀਂ ਆਵੇ ਨਾ ਕੰਮ ਨਹੀਂ ਕੀਤਾ ਹਾਂਜੀ ਉਹ ਤਾਂ ਐਕਸਪੈਰੀਮੈਂਟ ਹੋਇਆ ਜੀ ਉਹ ਵਿੱਚ ਖੁੱਲਿਆ ਹੀ ਨਹੀਂ ਅਤੇ ਮੈਨੂੰ ਲੱਗਦਾ ਕਿ ਉਹ ਖਰਾਬ ਹੋ ਗਿਆ ਜਿੱਦਾਂ ਪੁਰਾਣਾ ਹੋ ਗਿਆ ਕੋਈ ਜਿੱਦਾਂ ਚਿਰਦਾ ਪਿਆ ਸੀ ਪੈਟਰੋਲ ਅਤੇ ਉਹ ਤਾਂ ਕੰਮ ਨਹੀਂ ਆਇਆ ਅਤੇ ਹੁਣ ਦੇਖਦੇ ਹਾਂ ਬੋਤਲ ਮੰਗਵਾਉਂਦੇ ਹੋਰ ਨਾਲੇ ਇੱਕ ਵਾਰ ਫਿਰ ਵੀਡੀਓ ਦੇਖਦੇ ਹਾਂ ਕੀ ਹਿਸਾਬ ਕਿਤਾਬ ਕਹਿੰਦੇ ਗਲਤੀ ਦਾ ਤੇਲ ਪਤਾ ਨਹੀਂ ਕਿਹੜਾ ਪਾ ਲਿਆ ਉਹ ਵਿੱਚ ਪੈ ਗਿਆ ਤੇਲ ਐਂ ਤਾਂ ਪੈਟਰੋਲ ਲਿਆ ਖਰੇ ਤੇਲ ਦੂਜਾ ਪੈ ਲਿਆ ਆ ਹੁਣ ਲਿਆਂਦਾ ਪੈਟਰੋਲ ਹੁਣ ਸਾਰਾ ਕੱਢਣ ਡਿਆ ਵਿੱਚੋਂ ਕੱਢ ਕੇ ਦੁਬਾਰੇ ਪਾਵਾਂਗੇ ਕੱਲ੍ਹ ਤਾਂ ਕਵਰ ਧੋਲੀ ਬਾਅਦ ਸ਼ਰਮਾ ਕੋਲੋਂ ਹੋਰ ਲਿਆਂਦੀ ਹੈ ਅਤੇ ਉਹ ਪੈ ਗਈ ਸਰ ਇਹ ਵੀ ਪੈ ਜਾਣੀ ਅਜੇ ਪੈਟਰੋਲ ਥੋੜ੍ਹਾ ਜਿਹਾ ਅਤੇ ਗਲੂ ਤਾਂ ਬਣ ਗਈ ਹੈ ਪਰ ਪੈਟਰੋਲ ਅਜੇ ਵਿੱਚ ਥੋੜ੍ਹਾ ਜਿਹਾ ਹੈਗਾ ਦਿਸਦਾ ਗਲੂ ਤਾਂ ਬੜੀ ਤਕੜੀ ਬਣੀ ਗਈ
ਮੇਰੇ ਖਿਆਲ ਨਾਲ ਦੋਵੇਂ ਪੈ ਜਾਣੀ, ਦੋਵੇਂ ਪੈ ਜਾਣੀ। ਇਹੋ ਪਾ ਕੇ ਬਸ ਕਰ ਲਈਏ ਤਾਂ ਫਿਰ ਆਪਾਂ ਉੱਥੇ ਕੋਠੇ 'ਤੇ ਲਾਉਣ ਜਾਵਾਂਗੇ। ਰੇਡ ਹੈਗੀ ਹੈ ਲੈਂਟਰ ਦੇ ਵਿੱਚ, ਲੈ ਕੇ ਆਏ ਕੁੱਤੇ ਆ ਪਾ ਪਰੇਡ ਜਿਹੜੀ ਦਾ, ਚਲੋ ਪਾਣੀ ਜਾਂਦਾ ਬਹੁਤ ਜ਼ਿਆਦਾ, ਪਾਣੀ ਬਹੁਤ ਜ਼ਿਆਦਾ ਜ਼ਿਆਦਾ ਆਉਂਦਾ ਨਾ ਪਾਣੀ ਆਉਂਦਾ ਨਾ। ਦੇਖੋ ਇੱਦਾਂ ਹੀ ਲੱਗੀ ਆ, ਹੁਣ ਵੇਖਦੇ ਹਾਂ ਕਿੰਨਾ ਕੁ ਕੰਮ ਕਰਦੀ ਹੈ। ਅਤੇ ਇਹ ਤਾਂ ਨਾ ਕਿ ਪਾਣੀ ਆ, ਇਹ ਦੱਸਣ ਦਾ ਵੀ ਕਾਰਗਲ ਕੰਮ ਇਹ ਸਹੀ ਆ, ਬਿਲਕੁਲ ਸਹੀ ਆ। ਅਤੇ ਫਿਰ ਥੋੜ੍ਹੀ ਜਿਹੀ ਇਹ ਬਣਾ ਕੇ ਅਤੇ ਫਿਰ ਲਵਾਂਗੇ ਜੇ ਤਾਂ ਕੰਮ ਕਰ ਗਈ, ਨਹੀਂ ਤਾਂ ਫਿਰ ਠੀਕ ਹੈ ਫਿਰ ਪਾਣੀ ਆਉਣਾ ਹੈ ਫਿਰ ਦੇਖੋ ਕੀ ਕਰ ਸਕਦੇ। ਵਲੋਗ ਤੁਹਾਨੂੰ ਚੰਗਾ ਲੱਗਾ, ਵੀਡੀਓ ਚੰਗੀ ਲੱਗੀ ਤਾਂ ਲਾਈਕ ਸਬਸਕ੍ਰਾਈਬ ਕਰ ਦਿਓ ਅਤੇ ਸ਼ੇਅਰ ਕਰ ਦਿਓ, ਅਤੇ ਨਾਲੇ ਦੱਸਿਓ ਕਿ ਇਹ ਕਿਵੇਂ ਕੰਮ ਕਰਦੀ ਆ, ਕਿਸੇ ਵੇਲੇ ਸਾਨੂੰ ਨਹੀਂ ਪਤਾ ਲੱਗਦਾ ਤੁਸੀਂ ਦੱਸਣਾ ਹੈ, ਅਤੇ ਬਾਕੀ ਕਰ ਜਾਵੇ ਕੰਮ ਤਾਂ ਬੜਾ ਵਧੀਆ। ਅੱਛਾ ਜੀ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ।